ਬੋਲੋ ਵਾਹਿਗੁਰੂ, ਬੋਲੋ ਵਾਹਿਗੁਰੂ, ਆਖੋ ਇਹਨੂੰ ਮੈਂ ਤੇਰੇ ਜੋਗਾ, ਤੇ ਉਹ ਵੀ ਕਹੇਗਾ ਫਿਰ ਅੱਛਾ ਮੈਂ ਵੀ ਤੇਰੇ ਜੋਗਾ ਆਖੇਗਾ ਨਾ। ਆਖਿਆ ਸੀ ਨਾ ਜੋਗੇ ਨੂੰ, ਤੂੰ ਮੇਰਾ ਹੋਈ ਨਾ ਹੋਈ ਪਰ ਮੈਂ ਅੱਜ ਤੂੰ ਕਿਹਦੇ ਜੋਗਾ ਜੀ? ਤੁਸੀਂ ਆਖੋਗੇ ਤਾਂ ਤੁਹਾਡੇ ਜੋਗਾ ਨਹੀਂ ਹੋਏਗਾ, ਇਹ ਬਦਲ ਗਿਆ ਕੋਈ, ਇਹ ਬਦਲ ਗਿਆ ਕਿ ਤੁਸੀਂ ਬਦਲ ਗਏ ਹੋ? ਮੈਂ ਬਦਲ ਗਿਆ, ਸੁਰਜੀਤ ਸਿੰਘ ਬਦਲ ਗਿਆ, ਇਹ ਨਹੀਂ ਬਦਲਿਆ, ਸੁਰਜੀਤ ਸਿੰਘ ਹੀ ਨਹੀਂ ਹੋਇਆ ਇਹਦੇ ਜੋਗਾ। ਮੈਂ ਤੁਹਾਨੂੰ ਕੀ ਆਖਾਂ, ਮੈਂ ਆਪਣੀ ਗੱਲ ਕਰਦਾ ਤੁਹਾਡੇ ਨਾਲ, ਬੋਲੋ ਵਾਹਿਗੁਰੂ, ਮੈਂ ਹੀ ਨਹੀਂ ਹੋਇਆ ਇਹਦੇ ਜੋਗਾ, ਇਹ ਤੇ ਮੇਰੇ ਜੋਗਾ ਹੀ ਹੈ, ਅੱਜ ਵੀ ਉਹ ਹੀ ਬੋਲਦਾ ਹੈ। ਬੋਲੋ ਵਾਹਿਗੁਰੂ, ਅੱਜ ਤੁਹਾਡੇ ਘਰਾਂ ਵਿੱਚ ਫੋਟੋਆਂ ਦੀਆਂ ਲਾਈਨਾਂ ਲਵਾਤੀਆਂ ਕਿ ਨਹੀਂ ਬਾਬਿਆਂ ਨੇ? ਲਵਾਤੀਆਂ ਨਾ? ਬੋਲੋ ਵਾਹਿਗੁਰੂ, ਸੰਗ ਦੇ ਕਿਉਂ? ਬੋਲੋ ਵਾਹਿਗੁਰੂ, ਬੋਲੋ ਵਾਹਿਗੁਰੂ, 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 ਕਿਉਂਕਿ ਤੁਸੀਂ ਇਹਨੂੰ ਪੜਿਆ ਹੀ ਨਹੀਂ, ਤਾਂ ਹੀ ਫੋਟੋ ਅੱਗੇ ਬੈਠੇ ਹੋ ਹੱਥ ਜੋੜ ਕੇ ਧੂਫ ਜਗਾ ਰਹੇ। ਇੱਕ ਡਾਕਟਰ ਦੀ ਦੁਕਾਨ 'ਤੇ ਮੈਂ ਗਿਆ ਅਤੇ ਉਹ ਗੁਰੂ ਨਾਨਕ ਦੀ ਫੋਟੋ ਅੱਗੇ ਖੜਾ ਸਵੇਰੇ ਸਵੇਰੇ ਹੱਥ ਜੋੜ ਕੇ, ਅਤੇ ਮੈਂ ਵੀ ਉਹਦੇ ਮਗਰ ਜਾ ਕੇ ਖੜਾ ਹੋ ਗਿਆ। ਮੈਂ ਕਿਹਾ ਸੱਚੋ ਸੱਚ ਦੱਸੀ ਕੀ ਮੰਗਦਾ ਸੀ, ਲੋਕ ਜ਼ਿਆਦਾ ਬਿਮਾਰ ਹੋਣ, ਮੇਰੀ ਦੁਕਾਨ 'ਤੇ ਗਾਹਕ ਜ਼ਿਆਦਾ ਆਉਣ, ਇਹੀ ਮੰਗਦਾ ਸੀ ਗੁਰੂ ਨਾਨਕ ਨੂੰ ਖੜਾ ਫੋਟੋ 'ਤੇ। ਬੋਲੋ ਵਾਹਿਗੁਰੂ, ਅਸੀਂ ਵੀ ਤਾਂ ਇਹੋ ਹੀ ਮੰਗਦੇ ਹਾਂ, ਅਸੀਂ ਵੀ ਇਹੋ ਹੀ ਮੰਗਿਆ, ਮੇਰਾ ਬਿਜ਼ਨਸ ਜ਼ਿਆਦਾ ਚੱਲੇ, ਹੋਰ ਕੀ ਮੰਗਿਆ ਤੁਸੀਂ? ਤੁਸੀਂ ਤਾਂ ਮੈਂ ਇਹੋ ਹੀ ਮੰਗਿਆ, ਮੈਨੂੰ ਕਾਰ ਵੱਡੀ ਦੇ ਦੇ, ਮੈਨੂੰ ਸੋਫਾ ਵੱਡਾ ਦੇ ਦੇ, ਮੈਨੂੰ ਕੋਠੀ ਵੱਡੀ ਦੇ ਦੇ, ਮੇਰਾ ਮੁੰਡਾ ਡਾਕਟਰ ਬਣਾ ਦੇ, ਮੇਰੀ ਧੀ ਨੂੰ ਇੰਜੀਨੀਅਰ ਬਣਾ ਦੇ, ਹੋਰ ਕੀ ਮੰਗਿਆ ਜੀ? ਤੁਸੀਂ ਕਦੋਂ ਇਹਨੂੰ ਕਿਹਾ ਮੈਨੂੰ ਆਪਣੇ ਨਾਲ ਮਿਲਾ ਲੈ, ਮੈਨੂੰ ਆਪਣੇ ਵਰਗਾ ਕਰ ਲੈ? ਹਲੋ, ਵਾਹਿਗੁਰੂ, 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 ਵਾਹਿਗੁਰੂ। ਤਾਂ ਇੱਕ ਭੈਣ ਇੱਦਾਂ ਕਹਿੰਦੀ, ਤੁਸੀਂ ਤਾਂ ਪਤਾ ਨਹੀਂ ਕੀ ਬੋਲਦੇ ਹੋ, ਫੋਟੋਆਂ ਦੇ ਵੀ ਖਿਲਾਫ ਬੋਲਦੇ ਹੋ। ਮੈਂ ਕਿਹਾ ਅੱਛਾ, ਇੱਕ ਮਿੰਟ, ਆਪਾਂ ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖ ਲੈਂਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਮਿੰਟ ਪਰੇ ਕਰ ਦਿੰਦੇ ਹਾਂ, ਹੈ ਨਾ? ਆਪਾਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ, ਤੁਸੀਂ ਇਹਦੀ ਜਗ੍ਹਾ 'ਤੇ ਗੁਰੂ ਨਾਨਕ ਦੀ ਫੋਟੋ ਰੱਖ ਲਓ। ਹੁਣ ਆਪਣੇ ਮਨ ਦੇ ਵਿੱਚ ਇੱਕ ਪਿਕਚਰ ਬਣਾਓ ਵੀ ਗੁਰੂ ਗ੍ਰੰਥ ਸਾਹਿਬ ਹੈ ਨਹੀਂ, ਇੱਥੇ ਗੁਰੂ ਨਾਨਕ ਸਾਹਿਬ ਦੀ ਫੋਟੋ ਹੈ। ਚਲੋ ਕਰੋ ਬੇਨਤੀ, ਇਹਨੂੰ ਕਹੋ ਬੋਲ, ਫੋਟੋ ਨੂੰ ਕਹੋ ਬੋਲ, ਕਹੋ ਬਣਾਓ ਆਪਣੇ ਮਨ ਦੀ ਤਸਵੀਰ ਅਤੇ ਕਹੋ ਫੋਟੋ ਨੂੰ ਬੋਲ, ਬੋਲੇਗੀ? ਇਹਨੂੰ ਬੁਲਾਓ, ਹੁਣੇ ਹੀ ਬੋਲੇਗਾ। ਮੈਂ ਭਾਈ ਸਾਹਿਬ ਨੂੰ ਕਹਿੰਦਾ ਹੁਣੇ ਹੀ ਬੁਲਾ ਦਿਆਂ, ਹੁਣੇ ਹੀ ਬੋਲੇਗਾ। ਅਰੇ ਤੁਹਾਨੂੰ ਜਿਉਂਦਾ ਜਾਗਦਾ ਗੁਰੂ ਦੇ ਕੇ ਗਏ, ਤੁਸੀਂ ਫਿਰ ਨਿਰਜੀਵ ਮੂਰਤੀਆਂ ਨਾਲ ਚਲੇ ਗਏ। ਉਹਨੇ ਕਿਹਾ ਸੀ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪਏ ਉਹ ਦੁਰਾਈ। ਫਿਰ ਮੈਂ ਉਸ ਭੈਣ ਨੂੰ ਪੁੱਛਿਆ, ਮੈਂ ਕਿਹਾ ਚੱਲ ਮੰਨ ਲੈਂਦੇ ਹਾਂ, ਤੇਰੀ ਫੋਟੋ ਬੋਲ ਪੈਂਦੀ ਹੈ। ਬੋਲੋ ਵਾਹਿਗੁਰੂ, ਸਪੋਜ਼ ਕਰੋ ਗੁਰੂ ਨਾਨਕ ਸਾਹਿਬ ਦੀ ਫੋਟੋ ਬੋਲ ਪਈ ਹੈ ਤੇ ਕੀ ਬੋਲੇਗੀ ਜੀ? ਬੋਲੋ ਨਾ, ਪਤਾ ਨਹੀਂ ਕੀ ਬੋਲੇਗੀ। ਉਹ ਬੋਲੇਗੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ। ਗੁਰੂ ਨਾਨਕ ਬੋਲੇਗਾ ਤੇ ਇਹੋ ਹੀ ਬੋਲੇਗਾ, ਹੋਰ ਕੀ ਬੋਲੇਗਾ? ਆਸਾ ਦੀ ਵਾਰ ਹੀ ਬੋਲੇਗਾ, ਨਹੀਂ ਸਮਝ ਲੱਗੀ? ਤੇ ਉਹ ਤਾਂ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਲਿਖੀ ਫੋਟੋ ਕੇ ਕਾਤੂ ਬੈਠਾ ਹੈ, ਲਿਖੀ ਪੜ੍ਹ ਲਾ। ਤੁਹਾਨੂੰ ਮਾਰਿਆ, ਤੁਹਾਨੂੰ ਤੋੜਿਆ। ਬੋਲੋ ਵਾਹਿਗੁਰੂ, ਬੋਲੋ ਵਾਹਿਗੁਰੂ, ਬੋਲੋ ਵਾਹਿਗੁਰੂ। ਅਰੇ ਜਾਗ ਜਾਓ, ਬੋਲੋ ਵਾਹਿਗੁਰੂ। ਇਹ ਜੁੰਦਾ ਜਾਗਦਾ ਗੁਰੂ ਬੈਠਾ, ਗੁਰੂ ਗੋਬਿੰਦ ਸਿੰਘ ਬੈਠਾ, ਗੁਰੂ ਨਾਨਕ ਬੈਠਾ, ਦੱਸੇ ਜੋਤਾਂ ਇਹਦੇ ਵਿੱਚ ਬੈਠੀਆਂ ਨੇ। ਤੁਸੀਂ ਬੁਲਾਓ, ਬੋਲੇਗਾ ਗੁਰੂ ਨਾਨਕ, ਬੋਲੇਗਾ, ਬੁਲਾਓ, ਇਹਨੂੰ ਪਿਆਰ ਕਰੋ, ਤੁਹਾਡੇ ਸਾਰੇ ਕਾਰਜ ਕਰੇਗਾ। ਸੰਤਾਂ ਕੇ ਕਾਰਜ ਹਰ ਕੰਮ ਕਰਾਵਣ, ਆਪਣੇ ਸੇਵਕ ਕੀ ਆਪੇ ਨਾਮ, ਜਾਂ ਜਾਂ ਕਾਰਜ ਕਿਰ ਸੇਵਕ ਕੀ। ਉਹ ਤੇ ਦੌੜ ਪੈਂਦਾ ਹੈ, ਉਹ ਦੌੜ ਪੈਂਦਾ, ਮੇਰੇ ਸੇਵਕ ਨੂੰ ਮੁਸੀਬਤ ਬਣੀ ਮੈਂ ਦੌੜ ਪਾਵਾਂ, ਕਿਤੇ ਉਹਨੂੰ ਆਂਚ ਨਾ ਆ ਜਾਵੇ, ਕਿਤੇ ਉਹਨੂੰ ਵਿਘਨ ਨਾ ਲੱਗ ਜੇ। ਵਿਘਨ ਬਿਨਾਸਣ ਸਭ ਦੁੱਖ ਨਾਸਣ, ਸਤਿਗੁਰ ਨਾਮ ਦਰੜਾਇਆ ਖੋਏ ਪਾਪ, ਭੈ ਸਾ ਪਾਵਣ ਜਾਂ ਨਾਨਕ ਸੁਖਰ। ਪਰ ਤੁਸੀਂ ਤਾਂ ਨਾਮ ਦ੍ਰਿੜ ਕਰਨਾ ਚਾਹੁੰਦੇ ਹੀ ਨਹੀਂ, ਪੰਜਾਂ ਪਿਆਰਿਆਂ ਕੋਲ ਜਾਣਾ ਹੀ ਨਹੀਂ ਚਾਹੁੰਦੇ। ਹੁਣ ਤਾਂ ਕਹਿੰਦੇ ਉੱਦਾਂ ਹੀ ਚਲੋ ਬ੍ਰਹਮ ਗਿਆਨੀ ਬਣ ਜਾਈਏ।